ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਨਦੀਪ ਕੌਰ। ਮੇਰੇ ਚੈਨਲ ਗੁਣਤਾਜ ਸੂਟ ਕਲੈਕਸ਼ਨ 'ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਏ ਸੂਟਾਂ ਦੀ, ਜਿਹਦੇ ਵਿੱਚ ਆਪਾਂ ਦੇਖਾਂਗੇ ਟੈਬੀ ਦੇ ਲਾਈਨਿੰਗ ਵਾਲੇ ਦੁਪੱਟਾ ਸੂਟ ਹੋਣਗੇ, ਇੱਕ ਆਪਣੇ ਹੋਣਗੇ ਆਰਕੰਡੀ ਦੇ, ਇੱਕ ਆਪਣੇ ਹੋਣਗੇ ਪ੍ਰਿੰਟ ਸੂਟ ਸਰਦਾਰੀ ਲੁੱਕ ਦੇ ਵਿੱਚ। ਬਹੁਤ ਹੀ ਪਿਆਰੇ ਪ੍ਰਿੰਟ ਸੂਟ ਹੋਣਗੇ। ਅੱਜ ਆਪਾਂ ਇਹ ਸੂਟ ਦੇਖਾਂਗੇ। ਆਪਣੀ ਬੁੱਧਵਾਰ ਵਾਲੀ ਵੀਡੀਓ ਵੀ ਮਿਸ ਹੋ ਗਈ ਸੀਗੀ, ਸਿਹਤ ਨਾ ਠੀਕ ਹੋਣ ਕਰਕੇ ਆਪਾਂ ਪਾਈ ਨਹੀਂ ਵੀਡੀਓ, ਤੇ ਤੁਸੀਂ ਅੱਜ ਇਹਨਾਂ ਦੇ ਵਿੱਚ ਆਪਣੇ ਸਿਲੈਕਟਡ ਸੂਟ ਸਿਲੈਕਟ ਕਰਕੇ ਆਰਡਰ ਕਰ ਸਕਦੇ ਹੋਗੇ। ਤੇ ਆਓ ਦੇਖਦੇ ਹਾਂ ਅੱਜ ਦੇ ਆਪਣੇ ਇਹ ਸੂਟ। ਹਾਂਜੀ, ਇਹ ਆ ਗਿਆ ਆਪਣਾ ਪਹਿਲਾ ਸੂਟ, ਮਸਲੀਨ ਦੀ ਬੋਟਮ ਆ ਜਾਏਗੀ, ਬੋਟਮ ਕਲਰ ਵੀ ਬਹੁਤ ਪਿਆਰੇ ਹੋਣਗੇ ਡਿਜੀਟਲ ਪ੍ਰਿੰਟ ਦੇ ਵਿੱਚ। ਟੈਬੀ ਲਾਈਨਿੰਗ ਦੇ ਵਿੱਚ ਆਪਣੀ ਸ਼ਰਟ ਆ ਜਾਏਗੀ ਤੇ ਟੈਬੀ ਲਾਈਨਿੰਗ ਦੇ ਵਿੱਚ ਹੀ ਆਪਣਾ ਦੁਪੱਟਾ ਆ ਜਾਏਗਾ। ਕਾਫੀ ਟ੍ਰੈਂਡ ਦੇ ਵਿੱਚ ਨੇ ਇਹ ਸੂਟ, ਡਿਜੀਟਲ ਪ੍ਰਿੰਟ ਦੇ ਵਿੱਚ ਨੇ, ਕਲਰ ਕਾਫੀ ਆਏ ਨੇ ਆਪਣੇ ਕੋਲੇ, ਸਾਰੇ ਪਿਆਰੇ ਪਿਆਰੇ ਕਲਰ ਨੇ, ਬਹੁਤ ਸੋਹਣੀ ਮੈਚਿੰਗ ਆ। ਦੇਖੋ ਕਲਰ ਵੀ ਬਹੁਤ ਪਿਆਰਾ ਹੈ, ਇਹ ਕਲਰ ਰਹੂਗਾ ਯੈਲੋ ਮਸਟਰਡ ਸ਼ੇਡ, ਇਹਦਾ ਦੁਪੱਟਾ ਉਸ ਤੋਂ ਵੀ ਪਿਆਰਾ ਹੈ। ਸਰਦਾਰੀ ਲੁੱਕ ਦੇ ਵਿੱਚ ਸੂਟ ਹੈ, ਦੁਪੱਟੇ ਦੀ ਕੱਟ 2.5 ਮੀਟਰ ਹੋਏਗੀ ਤੇ ਦੁਪੱਟਾ ਜਿਹੜਾ ਜ਼ਿਆਦਾ ਸਲਿੱਪਰੀ ਵੀ ਨਹੀਂ ਹੈ, ਸਿਰ ਤੇ ਲੁਕੇਗਾ। ਪ੍ਰਾਈਸ ਰਹੂਗਾ ਜੀ 2790, 2790। ਕਲਰ ਸਾਰੇ ਬਹੁਤ ਹੀ ਪਿਆਰੇ ਹੋਣਗੇ, ਸਪੈਸ਼ਲ ਸਮਰ ਸਟੱਫ ਰਹੇਗਾ। ਇੱਕ ਇਹਦੇ ਵਿੱਚ ਇਹ ਕਲਰ ਆ ਜੂਗਾ ਲਾਈਟ ਜਾਂ ਸਕਿਨ ਕਰੀਮ ਸਕਿਨ ਜਾਂ ਜਿਹੜਾ ਹੁੰਦਾ ਸ਼ੇਡ ਉਹ ਵਾਲਾ ਆ ਗਿਆ। ਬੋਟਮ ਪਲੇਨ ਰਹੇਗੀ, ਪਲੇਨ ਡਿਜੀਟਲ ਪ੍ਰਿੰਟ ਦੇ ਵਿੱਚ ਆਪਣੀ ਆ ਗਈ ਸ਼ਰਟ, ਕਲਰ ਬਹੁਤ ਹੀ ਪਿਆਰਾ ਹੈਗਾ ਸਰਦਾਰੀ ਲੁੱਕ ਦੇ ਵਿੱਚ, ਬਹੁਤ ਸੋਹਣਾ ਕਲਰ ਹੈ। ਦੇਖੋ ਸਾਰੇ ਕਲਰ ਪਿਆਰੇ ਹੋਣਗੇ। ਪ੍ਰਾਈਸ 2790। ਦੁਪੱਟੇ ਵੀ ਇਹਨਾਂ ਦੇ ਪੂਰੇ ਖੁੱਲਣ ਡੁੱਲੇ ਸਰਦਾਰੀ ਲੁੱਕ ਦੇ ਵਿੱਚ, ਰਾਇਲ ਸੂਟ ਨੇ ਆਪਣੇ, ਵਰਕ ਤੋਂ ਥੋੜਾ ਜਿਹਾ ਹਟ ਕੇ ਹੈਗੇ ਆਰਟੀਕਲ, ਬਹੁਤ ਹੀ ਟ੍ਰੈਂਡ ਦੇ ਵਿੱਚ ਨੇ। 2790 ਇੱਕ ਇਹਦੇ ਵਿੱਚ ਇਹ ਕਲਰ ਆ ਗਿਆ ਕਰੀਮ ਸ਼ੇਡ ਦੇ ਵਿੱਚ, ਆਫ ਵਾਈਟ ਜਾਂ ਜਿਹੜਾ ਕਰੀਮ ਹੈ, ਬਹੁਤ ਹੀ ਪਿਆਰਾ ਕਲਰ ਹੈ ਇਹ ਵੀ। ਇਹਨਾਂ ਦੀਆਂ ਤੁਸੀਂ ਬੋਟਮ ਤੇ ਜਿਵੇਂ ਵਰਕ ਕਰਵਾ ਸਕਦੇ ਹੋਗੇ, ਸ਼ਰਟ ਵਾਲੇ ਕਲਰ ਵੀ ਪਵਾ ਸਕਦੇ ਹੋ, ਨਹੀਂ ਬੋਟਮ ਦੇ ਬੇਸ ਕਲਰ ਦਾ ਤੁਸੀਂ ਵਰਕ ਵੀ ਕਰਵਾ ਸਕਦੇ ਹੋਗੇ। ਇਹ ਕਲਰ ਬਹੁਤ ਹੀ ਪਿਆਰਾ, ਜੇ ਆਪਾਂ ਬੋਟਮ ਤੇ ਵਰਕ ਕਰਵਾਉਣੇ ਆ ਨਾ ਰੈਡ ਕਲਰ ਦੇ ਨਾਲ, ਬਹੁਤ ਸੋਹਣਾ ਸੂਟ ਇਹ ਬਣਦਾ ਰੈਡੀ ਹੋ ਕੇ। ਇਹ ਆ ਗਿਆ ਆਪਣਾ ਦੁਪੱਟਾ, ਪ੍ਰਾਈਸ 2790। ਲਾਈਟ ਵੇਟ ਸਟੱਫ ਰਹੂਗਾ, ਜ਼ਿਆਦਾ ਉਹ ਨਹੀਂ ਹੈਗਾ, ਹਾਰਡ ਜਾਂ ਸਟੱਫ ਨਹੀਂ ਹੈਗਾ ਗਾ, ਲਾਈਟ ਵੇਟ ਸਟੱਫ ਹੈਗਾ, ਸੋਫਟ ਹੈਗਾ। ਇਹ ਆ ਗਿਆ ਜੀ ਬਲੈਕ, ਬਲੈਕ ਸੂਟ ਦਾ ਕਾਫੀ ਆਪਣਾ ਅੱਜ ਕੱਲ ਟ੍ਰੈਂਡ ਦੇ ਵਿੱਚ ਹੈਗਾ, ਬਲੈਕ ਆ ਗਿਆ ਜੀ। ਇਹ ਆ ਗਿਆ ਬਲੈਕ ਦੇ ਵਿੱਚ ਮੈਚਿੰਗ, ਕਲਰ ਕੋਂਬੀਨੇਸ਼ਨ ਬਹੁਤ ਹੀ ਪਿਆਰਾ ਹੈਗਾ
ਬਹੁਤ ਹੀ ਸੋਹਣਾ ਇਹਦਾ ਪ੍ਰਿੰਟ ਹੈਗਾ। ਇਹਦਾ ਜਿਹੜਾ ਦੁਪੱਟਾ, ਇਹਨਾਂ ਦੇ ਦੁਪੱਟੇ ਬਹੁਤ ਸੋਹਣੇ ਆ। ਦੁਪੱਟਿਆਂ ਦੇ ਨਾਲ ਹੀ ਆਪਣੇ ਸੂਟਾਂ ਦੀ ਜਿਹੜੀ ਲੁੱਕ ਹੈ ਬਹੁਤ ਸੋਹਣੀ ਬਣਦੀ ਹੈ। ਬਹੁਤ ਸੋਹਣੇ ਦੁਪੱਟੇ ਹੈਗੇ ਇਹ, ਆਪਣੇ ਡਿਜ਼ਾਈਨਰ ਦੇ ਆਰਟੀਕਲ ਹੋਣਗੇ। ਇੱਕ ਆ ਗਿਆ ਜੀ ਆਪਣੇ ਕੋਲੇ ਲਾਸਟ ਕਲਰ ਗ੍ਰੇ ਦੇ ਵਿੱਚ, ਇਹ ਵੀ ਕਲਰ ਬਹੁਤ ਪਿਆਰਾ ਹੈਗਾ ਗ੍ਰੇ ਦੇ ਵਿੱਚ। ਮਸਲੀਨ ਦੀਆਂ ਬੋਟਮ, ਟੈਬੀ ਦੀਆਂ ਟੈਬੀ ਲਾਈਨਿੰਗ ਦੇ ਵਿੱਚ ਸ਼ਰਟ ਐਂਡ ਦੁਪੱਟਾ, ਪ੍ਰਿੰਟ ਸਾਰੇ ਡਿਜੀਟਲ। ਇਹ ਦੇਖੋ ਇਹ ਬਹੁਤ ਹੀ ਪਿਆਰਾ ਕਲਰ ਹੈਗਾ, ਬਹੁਤ ਹੀ ਪਿਆਰਾ ਕਲਰ ਹੈਗਾ। ਇਹਦਾ ਆ ਗਿਆ ਦੁਪੱਟਾ, ਇਹ ਆ ਗਿਆ ਦੁਪੱਟਾ। ਪ੍ਰਾਈਸ 2790। ਹਾਂਜੀ ਇੱਕ ਆਪਣੇ ਕੋਲ ਬਹੁਤ ਸੋਹਣਾ ਆਰਟੀਕਲ ਆਇਆ ਗਾ ਆਰਕੰਡੀ ਦੇ ਵਿੱਚ ਹੈਗਾ। ਇਹ ਬੋਟਮ ਆ ਗਈ ਕਾਟਨ ਦੀ, ਕਲਰ ਹੋਊਗਾ ਜੀ ਆਪਣਾ ਪਿੰਕਿਸ਼ ਜਾਂ ਪੀਚ ਜਾਂ ਸ਼ੇਡ ਹੈਗਾ, ਬਹੁਤ ਹੀ ਪਿਆਰਾ ਕਲਰ ਹੈਗਾ। ਬੋਟਮ ਪਲੇਨ ਆ ਜਾਏਗੀ। ਸ਼ਰਟ ਦੇ ਜਿਹੜਾ ਆਪਣਾ ਬਹੁਤ ਹੀ ਸੋਹਣੀ ਸ਼ਰਟ ਹੈ, ਸ਼ਰਟ ਦੇ ਨਾਲ ਲੈਨਿੰਗ ਹੈਗੀ, ਲੈਨਿੰਗ ਆਪਣੀ ਪ੍ਰਿੰਟ ਦੇ ਵਿੱਚ ਹੈਗੀ। ਸਾਰੀ ਸ਼ਰਟ ਦੇ ਫਰੰਟ ਤੇ ਹੈਂਡ ਵਰਕ ਹੈ, ਸਾਰੀ ਉਮਬਰਡਰੀ ਕੀਤੀ ਗਈ ਹੈ। ਦੇਖੋ ਆ ਦੇਖੋ ਸਾਰੇ ਤੇ ਮੋਤੀ ਤੇ ਥਰੈਡ ਦਾ ਕੰਮ ਕੀਤਾ ਗਿਆ, ਸਿੱਪੀ ਮੋਤੀ ਥਰੈਡ ਦੇ ਨਾਲ ਕੰਮ ਕੀਤਾ ਗਿਆ। ਸਾਰੇ ਤੇ ਉਮਬਰਡਰੀ ਹੈਗੀ ਸਾਰੇ ਤੇ, ਬਹੁਤ ਹੀ ਪਿਆਰਾ ਅਲੱਗ ਜੀ ਲੁੱਕ ਦਿੱਤੀ ਗਈ ਹੈ ਸੂਟ ਨੂੰ। ਇਹ ਸ਼ਰਟ ਦਾ ਘੇਰ ਆ ਜਾਏਗਾ, ਘੇਰ ਤੇ ਕਟ ਵਰਕ ਹੋਏਗਾ, ਜੇ ਤੁਸੀਂ ਇਹਨੂੰ ਕੱਟ ਕਰਨਾ ਚਾਹੁੰਦੇ ਹੋ ਕੱਟ ਵੀ ਹੋ ਜਾਏਗਾ। ਤੇ ਜਿਹੜੀ ਬੈਕ ਹੈ, ਬੈਕ ਇਦਾਂ ਰਹੇਗੀ, ਇਹ ਰਹੇਗੀ ਆਪਣੀ ਬੈਕ ਪਲੇਨ, ਇਹਦੇ ਤੇ ਵਰਕ ਨਹੀਂ ਆਊਗਾ। ਇਹ ਰਹਿਣਗੀਆਂ ਜੀ ਆਪਣੀਆਂ ਸਲੀਵਸ, ਸਲੀਵਸ ਤੇ ਇਹਦੇ ਨੀਚੇ ਆਪਾਂ ਨੂੰ ਲਾਈਨਿੰਗ ਦਿੱਤੀ ਗਈ ਹੈ ਕਾਟਨ ਦੀ ਪ੍ਰਿੰਟ ਲਾਈਨਿੰਗ, ਜਿਹਨੂੰ ਆਪਾਂ ਸੂਟ ਨੂੰ ਬਣਾਵਾਂਗੇ ਡਿਜ਼ਾਈਨਰ। ਇਹਦੇ ਨਾਲ ਇਹਦੇ ਨੀਚੇ ਆਪਣੀ ਆ ਗਈ ਇਹ ਲਾਈਨਿੰਗ, ਇਹਦੀ ਆਪਾਂ ਇੱਦਾਂ ਇਹਦੇ ਉੱਪਰ ਸ਼ਰਟ ਆ ਜੂਗੀ। ਪ੍ਰਿੰਟ ਲਾਈਨਿੰਗ ਹੈ, ਸੋਫਟ ਹੈ ਤੇ ਇਹਦੇ ਨਾਲ ਅਲੱਗ ਜਿਹੀ ਲੁੱਕ ਆਉਂਦੀ ਹੈ ਸੂਟ ਦੀ। ਇਹ ਆ ਗਈ ਆਪਣੀ ਲਾਈਨਿੰਗ ਕਾਟਨ ਦੀ, ਇਹਦੇ ਉੱਪਰ ਆਪਣਾ ਆ ਜੂਗਾ ਇਹਦਾ ਸੂਟ ਤੇ ਸੂਟ ਦੀ ਇੱਦਾਂ ਲੁੱਕ ਆਏਗੀ। ਨੀਚੋਂ ਹਲਕਾ ਹਲਕਾ ਇਹਦਾ ਆਪਾਂ ਨੂੰ ਪ੍ਰਿੰਟ ਸ਼ੋ ਹੋਏਗਾ ਇੱਦਾਂ, ਤੇ ਅਲੱਗ ਜਿਹਾ ਇਹ ਆਪਣਾ ਆਰਟੀਕਲ ਬਣ ਕੇ ਰੈਡੀ ਹੋਊਗਾ। ਤੇ ਜਿਹੜਾ ਇਹਦਾ ਦੁਪੱਟਾ, ਬਹੁਤ ਹੀ ਪਿਆਰਾ ਇਹਦਾ ਦੁਪੱਟਾ ਰਹੇਗਾ, ਔਰਗੈਂਜਾ ਦੇ ਵਿੱਚ ਇਹਦਾ ਦੁਪੱਟਾ ਰਹੇਗਾ। ਜ਼ਿਆਦਾ ਫਲਫੀ ਨਹੀਂ, ਜ਼ਿਆਦਾ ਸਲਿਪਰੀ ਨਹੀਂ ਹੈਗਾ ਗਾ, 2.5 ਮੀਟਰ ਕੱਟ ਰਹੇਗੀ ਦੁਪੱਟੇ ਦੀ। ਇਹ ਦੇਖੋ ਇਹ ਦੁਪੱਟਾ ਆ ਗਿਆ, ਬਹੁਤ ਸੋਹਣਾ ਇਹ ਆਪਣਾ ਦੁਪੱਟਾ ਹੈਗਾ। ਤੇ ਪ੍ਰਾਈਸ ਰਹੂਗਾ ਜੀ 2990। ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ, ਇੱਕ ਇਹ ਵਾਲਾ ਕਲਰ ਹੈ ਤੇ ਇੱਕ ਕਲਰ ਹੋਰ ਆ ਜਾਏਗਾ ਆਪਣੇ ਕੋਲੇ, ਇਹ ਵਾਲਾ ਕਲਰ ਆ ਜਾਏਗਾ। ਇਹਦੀ ਬੋਟਮ ਆ ਜਾਏਗੀ, ਇਹਦਾ ਵੀ ਡਿਜ਼ਾਈਨ, ਇਹਦਾ ਕਲਰ ਵੀ ਬਹੁਤ ਪਿਆਰਾ ਹੈਗਾ। ਉਦਾਂ ਹੀ ਸਾਰਾ ਆਪਣਾ ਸੂਟ ਸੇਮ ਡਿਜ਼ਾਈਨ।
ਇਹਦੀ ਲਾਈਨਿੰਗ ਵੀ, ਇਹ ਆ ਗਿਆ ਇਹਦਾ ਸ਼ਰਟ ਦਾ ਫਰੰਟ। ਫਰੰਟ ਆ ਗਿਆ, ਫਰੰਟ ਤੇ ਉਦਾਂ ਹੀ ਸਾਰੀ ਉਮਬਰਡਰੀ ਆ ਗਈ ਆਪਣੀ, ਸਿੱਪੀ ਮੋਤੀ ਦਾ ਕੰਮ ਆ ਗਿਆ, ਤੇ ਨੀਚੇ ਜਿਹੜੀ ਇਹਦੀ ਲਾਈਨਿੰਗ ਹੈ ਨੀਚੇ ਸ਼ਰਟ ਦੇ, ਇਹ ਵਾਲੀ ਦਿੱਤੀ ਗਈ ਹੈ, ਇੱਦਾਂ ਪ੍ਰਿੰਟ ਹੈਗਾ। ਤੇ ਸੇਮ ਹੀ ਆਪਣਾ ਉਦਾਂ ਬੈਕ ਹੋਏਗੀ, ਬੈਕ ਆ ਜਾਏਗੀ, ਤੇ ਇਹ ਆ ਗਈਆਂ ਸਲੀਵਸ, ਸਲੀਵਸ। ਤੇ ਇਹ ਆ ਗਿਆ ਜੀ ਆਪਣਾ ਬਹੁਤ ਹੀ ਪਿਆਰਾ ਦੁਪੱਟਾ, ਇਹਦੇ ਨਾਲ ਦੁਪੱਟਾ ਔਰਗੈਂਜਾ ਦੇ ਵਿੱਚ। ਇਹ ਵੀ ਆਪਣਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ, ਤੇ ਬਹੁਤ ਹੀ ਅਲੱਗ ਜਿਹਾ ਆਰਟੀਕਲ ਹੈਗਾ, ਬਹੁਤ ਹੀ ਪਿਆਰਾ। ਪ੍ਰਾਈਸ 2990। ਹਾਂਜੀ, ਇੱਕ ਆਪਣੇ ਆ ਰਹੇ ਸੀ ਟਿਸਟਾ ਦੇ ਆਲ ਓਵਰ ਸੂਟ ਦੀ ਵੀ ਡਿਮਾਂਡ। ਇੱਕ ਤਾਂ ਇਹ ਆ ਗਿਆ, ਤੁਸੀਂ ਮੈਚਿੰਗ ਵੀ ਲੈ ਸਕਦੇ ਹੋ, ਆਲ ਓਵਰ ਵੀ ਲੈ ਸਕਦੇ ਹੋ। ਟਿਸਟਾ ਦਾ ਹੀ ਆਪਣਾ ਆ ਗਿਆ ਜੀ ਬ੍ਰਾਂਡ ਦਾ ਸੂਟ, ਆਲ ਓਵਰ ਵੀ ਮਿਲ ਜਾਏਗਾ, ਜੇ ਤੁਸੀਂ ਮੈਚਿੰਗ ਕਰਵਾਉਣਾ ਮੈਚਿੰਗ ਵੀ ਮਿਲ ਜਾਏਗਾ। ਇਹ ਸਟੱਫ ਦੀ ਇਹ ਹੈ ਵੀ ਸਰਦਾਰੀ ਲੁੱਕ ਦੇ ਵਿੱਚ ਇਹ ਆਪਣਾ ਹੈਗਾ ਗਾ ਸਟੱਫ, ਇਹਦੇ ਨੀਚੇ ਕੋਈ ਲੈਣੇ ਵਗੈਰਾ ਦੀ ਨੀਡ ਨਹੀਂ। ਸਟੱਫ ਸੋਫਟ ਤੇ ਲਾਈਟ ਵੇਟ ਰਹੇਗਾ, ਡਿਜੀਟਲ ਪ੍ਰਿੰਟ ਦੇ ਵਿੱਚ। ਆਲ ਓਵਰ ਦਾ ਪ੍ਰਾਈਸ ਰਹੂਗਾ ਜੀ ਵਿਦਾਊਟ ਦੁਪੱਟਾ 3050, 3050। ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ 2.5 ਮੀਟਰ ਕੱਟ, ਤੇ ਕਲਰ ਬਹੁਤ ਪਿਆਰਾ ਹੈਗਾ। ਇਹਦੇ ਵਿੱਚ ਆਪਣੇ ਕੋਲ ਇੱਕ ਏ ਵਾਲਾ ਆਇਆ ਗਾ, ਇਹਨੂੰ ਤੁਸੀਂ ਆਫ ਵਾਈਟ ਬੋਟਮ, ਜਿਵੇਂ ਇਹਦੇ ਚ ਕਰੀਮ ਜਾਂ ਪ੍ਰਿੰਟ ਆ ਗਿਆ, ਉਹਦੇ ਨਾਲ ਵੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋਗੇ, ਸ਼ਰਟ ਬਾਈ ਕਰ ਸਕਦੇ ਹੋਗੇ। ਸ਼ਰਟ ਆਲ ਓਵਰ ਸੂਟ ਦਾ ਪ੍ਰਾਈਸ ਹੈ 3050 ਵਿਦਆਊਟ ਦੁਪੱਟਾ। ਇਹ ਆਪਣੇ ਟਿਸਟਾ ਦੇ ਰਹਿਣਗੇ ਸੂਟ, ਵਿਦਆਊਟ ਲੈਣਗੇ ਰੈਡੀ ਹੋ ਜਾਣਗੇ, ਟਿਸਟਾ ਦਾ ਇਹ ਆਪਣਾ ਬ੍ਰਾਂਡ ਹੈਗਾ। ਹਾਂਜੀ, ਇੱਕ ਆ ਗਿਆ ਆਪਣੇ ਆਲ ਓਵਰ ਪ੍ਰਿੰਟ ਏਕੇ ਟੈਕਸ ਦੇ, ਇੰਨਾ ਫਾਈਨ ਸਟਾਫ ਹੈ, ਡਿਜੀਟਲ ਪ੍ਰਿੰਟ ਦੇ ਵਿੱਚ ਹੋਣੀ ਹੈ, ਕੋਈ ਲੈਣੇ ਵਗੈਰਾ ਦੀ ਲੋੜ ਨਹੀਂ ਹੈਗੀ, ਬਿਲਕੁਲ ਸੋਫਟ ਡਿਜੀਟਲ ਪ੍ਰਿੰਟ ਰਹੂਗਾ ਆਪਣਾ, ਤੇ 5 ਮੀਟਰ ਕੱਟ ਰਹੂਗੀ ਆਲ ਓਵਰ ਦੇ ਵਿੱਚ। ਪ੍ਰਾਈਸ ਰਹੂ ਜੀ ਇਹਦਾ 1225, 1225। ਬਹੁਤ ਸੋਹਣਾ ਸਟੱਫ ਹੈ, ਕੋਈ ਖਰਾਬ ਨਹੀਂ ਹੁੰਦਾ, ਵਾਸ਼ ਕੀਤੇ ਤੋਂ ਨਹੀਂ ਹੁੰਦਾ, ਇੱਦਾਂ ਹੀ ਰਹੂਗਾ। ਇਹਦੇ ਵਿੱਚ ਇੱਕ ਆਪਣੇ ਕੋਲ ਇਹ ਵਾਲਾ ਆ ਗਿਆ ਬਰੀਕ ਪ੍ਰਿੰਟ ਦੇ ਵਿੱਚ, 1225, ਕੋਈ ਲੈਣੇ ਵਗੈਰਾ ਦੀ ਨੀਡ ਨਹੀਂ। ਇਹਦਾ ਬੇਸ ਕਲਰ ਰਹੂਗਾ ਜੀ ਬਲੈਕ, ਪਹਿਲਾਂ ਵਾਲੇ ਦਾ ਵੀ ਬਲੈਕ ਹੈ ਬੇਸ ਕਲਰ, ਇਹਦਾ ਵੀ ਬਲੈਕ ਰਹੂਗਾ, ਉੱਪਰ ਬਰੀਕ ਪ੍ਰਿੰਟ ਹੈਗਾ, ਬਹੁਤ ਸੋਹਣਾ ਪ੍ਰਿੰਟ ਹੈਗਾ। ਇੱਕ ਆਪਣੇ ਕੋਲ ਇਹਦੇ ਵਿੱਚ ਇਹ ਆ ਗਿਆ 1225 ਵਾਲੇ ਦੇ ਵਿੱਚ, ਬਹੁਤ ਹੀ ਪਿਆਰਾ ਤੇ ਡਿਜੀਟਲ ਪ੍ਰਿੰਟ ਹੈਗਾ, 5 ਮੀਟਰ ਕੱਟ ਹੋਏਗੀ, ਸੋਫਟ ਸਟੱਫ ਰਹਿਣਗੇ। ਤੇ ਇੱਕ ਇਹ ਵਾਲਾ ਕਲਰ ਆ ਗਿਆ ਆਪਣਾ, ਇਹਦਾ ਕਲਰ ਰਹੇਗਾ ਜੀ ਬਲੂ ਸ਼ੇਡ ਹੈ ਇਹਦਾ ਬੇਸ ਕਲਰ, ਪ੍ਰਾਈਸ ਰਹੂ 1225। ਇੱਕ ਇਹ ਆ ਗਿਆ ਬਲੈਕ ਦੇ ਵਿੱਚ, ਤੇ ਸਟੱਫ ਬਹੁਤ ਹੀ ਜ਼ਿਆਦਾ ਫਾਈਨ ਰਹੇਗਾ ਆਪਣਾ, ਸਮਰ ਦਾ ਸਪੈਸ਼ਲ ਸਟੱਫ ਹੈਗਾ ਜਿਹੜਾ ਵਿਦਆਊਟ ਲੈਨਿੰਗ ਵਗੈਰਾ ਤੋਂ ਰੈਡੀ ਹੋਏਗਾ, 1225। ਤੇ ਇੱਕ ਇਹਦੇ ਵਿੱਚ ਬਹੁਤ ਹੀ ਪਿਆਰਾ ਕਲਰ ਇਹ ਆ ਗਿਆ ਪਰਪਲ ਦਾ ਸ਼ੇਡ, 5 ਮੀਟਰ ਕੱਟ ਰਹੇਗੀ, 1225। ਹਾਂਜੀ, ਇੱਕ ਆਪਣੇ ਕੋਲ ਇਹ ਆਇਆ ਸਟੱਫ, ਸੈਲਫ ਪ੍ਰਿੰਟ ਚੈੱਕ ਦੇ ਵਿੱਚ ਹੈ, ਡਿਜੀਟਲ ਪ੍ਰਿੰਟ ਹੈਗਾ, ਆਲ ਓਵਰ ਸੂਟ ਦਾ ਪ੍ਰਾਈਸ ਰਹੂਗਾ ਜੀ 1050। ਟੈਬੀ ਚੈੱਕ ਦੇ ਵਿੱਚ ਇਹ ਸੂਟ ਰਹਿਣਗੇ ਆਪਣੇ,
ਪ੍ਰਾਈਸ 1050 ਡਿਜੀਟਲ ਪ੍ਰਿੰਟ ਰਹਿਣਗੇ। ਇਹਦੇ ਵਿੱਚ ਆਪਣੇ ਕੋਲ ਇੱਕ ਇਹ ਕਲਰ ਆ ਗਿਆ, ਇੱਕ ਇਹ ਆ ਗਿਆ ਜੀ ਕਲਰ। ਇਹ ਬਹੁਤ ਹੀ ਸੋਹਣਾ ਸਟੱਫ ਹੈਗਾ, ਬਹੁਤ ਹੀ ਫਾਈਨ ਸਟੱਫ ਹੈਗਾ ਡਿਜੀਟਲ ਪ੍ਰਿੰਟ ਦੇ ਵਿੱਚ। ਇਹ ਆ ਗਿਆ ਜੀ ਆਪਣਾ ਪਰਪਲ ਜਿਹਾ ਸ਼ੇਡ, ਪਰਪਲ ਸ਼ੇਡ ਆ ਗਿਆ। ਪ੍ਰਾਈਜ਼ 1050। ਇੱਕ ਇਹ ਆ ਗਿਆ ਜੀ ਆਪਣਾ ਬਿਲਕੁਲ ਸੋਫਟ ਲਾਈਟ ਵੇਟ ਸੈਲਫ ਔਰਗੈਂਜਾ ਸਟੱਫ, ਚੈੱਕ ਦੇ ਵਿੱਚ ਹੈਗਾ, ਜ਼ਿਆਦਾ ਕੋਈ ਖੜਮਾ ਜਿਹਾ ਨਹੀਂ ਸਟੱਫ ਹੈਗਾ, ਸੋਫਟ ਹੈ, ਲਾਈਟ ਵੇਟ ਹੈ, ਡਿਜੀਟਲ ਪ੍ਰਿੰਟ ਦੇ ਵਿੱਚ ਹੈਗਾ। ਅਤੇ ਇਹਦਾ ਪ੍ਰਾਈਜ਼ ਰਹੂਗਾ ਜੀ ਆਲ ਓਵਰ ਸੂਟ ਦਾ 1050। ਅਲੱਗ ਜਿਹਾ ਸਟੱਫ ਰਹੇਗਾ ਆਪਣਾ, 1050 ਆਲ ਓਵਰ ਸੂਟ ਦਾ ਪ੍ਰਾਈਜ਼। ਇੱਕ ਇਹ ਵਾਲਾ ਆ ਗਿਆ ਇਹਦੇ ਵਿੱਚ 1050। ਅਤੇ ਇੱਕ ਕਲਰ ਇਹ ਵਾਲਾ ਆ ਗਿਆ ਪਿਸਤਾ ਗ੍ਰੀਨ ਜਿਹਾ ਸ਼ੇਡ। ਸਾਰਿਆਂ ਦੇ ਡਿਜੀਟਲ ਪ੍ਰਿੰਟ ਰਹਿਣਗੇ, 1000 ਇਹਨਾਂ ਦਾ ਆਲ ਓਵਰ ਸੂਟ ਦਾ ਪ੍ਰਾਈਜ਼ ਰਹੂਗਾ। ਇਹ ਬਹੁਤ ਹੀ ਪਿਆਰੇ ਸਾਰੇ ਆਪਣੇ ਆਰਟੀਕਲ ਨੇ। ਇੱਕ ਇਹ ਆ ਗਿਆ ਸਕਾਈ ਬਲੂ ਦੇ ਵਿੱਚ, ਇਹ ਤੁਹਾਨੂੰ ਇਹ ਸਟੱਫ ਕਿਤੇ ਵੀ ਨਹੀਂ ਮਿਲੂਗਾ, ਚੈੱਕ ਦੇ ਵਿੱਚ, ਸੈਲਫ ਚੈੱਕ ਦੇ ਵਿੱਚ ਹੈਗਾ, ਡਿਜੀਟਲ ਪ੍ਰਿੰਟ ਰਹਿਣਗੇ। ਇਹ ਕਲਰ ਬਹੁਤ ਹੀ ਪਿਆਰਾ ਹੈਗਾ। ਹਾਂਜੀ ਇਹਦੇ ਵਿੱਚ ਇੱਕ ਇਹ ਵਾਲਾ ਸ਼ੇਡ ਆ ਜੂਗਾ ਬਰਾਊਨ ਜਿਹਾ। ਪ੍ਰਾਈਜ਼ ਰਹੂਗਾ ਜੀ 1050, 1050। ਤੇ ਇੱਕ ਆਪਣੇ ਕੋਲ ਕਾਟਨ ਦੇ ਵਿੱਚ ਇਹ ਆ ਗਿਆ ਸੂਟ, ਬਹੁਤ ਸੋਹਣਾ ਪ੍ਰਿੰਟ ਹੈਗਾ। ਤੇ ਜਿਹੜਾ ਇਹ ਆਪਣਾ ਹੈਗਾ ਜੀ ਰੀਵਾ ਬ੍ਰਾਂਡ ਦਾ ਰਹੇਗਾ, ਆਲ ਓਵਰ ਸੂਟ ਹੈ ਰੀਵਾ ਬ੍ਰਾਂਡ ਦਾ। ਪ੍ਰਾਈਸ ਰਹੂਗਾ ਜੀ 1750, 1750। ਤੁਸੀਂ ਇਹਨੂੰ ਮੈਚਿੰਗ ਵੀ ਕਰਵਾ ਸਕਦੇ ਹੋ, 2.5 ਮੀਟਰ ਕੱਟ ਵੀ ਲੈ ਸਕਦੇ ਹੋ, ਆਲ ਓਵਰ ਵੀ ਲੈ ਸਕਦੇ ਹੋ। ਆਲ ਓਵਰ ਦਾ ਪ੍ਰਾਈਸ 1750। ਤੇ ਇੱਕ ਆਪਣੇ ਕੋਲ ਚਿਕਨ ਦੀਆਂ ਇਹ ਵਰਕ ਵਾਲੀਆਂ ਬੋਟਮ ਆਈਆਂ ਨੇ, ਬੋਟਮ ਆਈਆਂ ਨੇ। ਕਾਟਨ ਸਟੱਫ ਰਹੇਗਾ, ਸਾਰੇ ਦੇ ਉੱਪਰ ਚਿਕਨ ਹੈਗੀ, ਇੱਦਾਂ ਬਹੁਤ ਸੋਹਣਾ ਸਟੱਫ ਹੈਗਾ, ਇੱਦਾਂ ਚਿਕਨ ਹੈਗੀ। ਬਾਰਡਰ ਤੇ ਕੰਮ ਦਿੱਤਾ ਗਿਆ ਹੈਗਾ, ਸਾਰੇ ਤੇ ਚਿਕਨ ਹੈਗਾ, ਸਿੱਪੀ ਦਾ ਕੰਮ ਕੀਤਾ ਗਿਆ ਹੈਗਾ। ਪ੍ਰਾਈਜ਼ ਰਹੂਗਾ ਜੀ 1090। ਬੋਟਮ ਦੀ ਕੱਟ ਹੋਏਗੀ ਵੱਡੇ ਪਣੇ ਦੇ ਵਿੱਚ 2 ਮੀਟਰ, ਤੇ ਪ੍ਰਾਈਜ਼ ਰਹੂ 1090। ਹਾਂਜੀ ਇਹ ਸੀਗੇ ਅੱਜ ਦੇ ਆਪਣੇ ਸੂਟ। ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ, ਵਟਸਐਪ ਤੇ ਸਾਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ। ਜ਼ਿਆਦਾ ਕੁਛ ਡਿਟੇਲ ਦੇ ਵਿੱਚ ਪੁੱਛਣ ਲਈ ਤੁਸੀਂ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ। ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ। ਆਪਾਂ ਫਿਰ ਇੱਕ ਵੀਡੀਓ ਨਾਲ ਮਿਲਦੇ ਹਾਂ। ਸਤਿ ਸ਼੍ਰੀ ਅਕਾਲ ਜੀ।